ਦੂਰ ਛਿੰਗਾ ਛਿਕਮਾਟੀ ਜਿੰਦਾਬਾਦ ਜਿੰਦਾਬਾਦ ਅੰਨਾ ਲਾਇਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਪਟਵਾਰੀ ਤੋਂ ਕਿਸਾਨ ਇਸ ਕਦਰ ਪਰੇਸ਼ਾਨ ਨੇ ਕਿ ਹੁਣ ਕਿਸਾਨ ਪਟਵਾਰੀ ਦੇ ਖਿਲਾਫ ਧਰਨਾ ਲਗਾਉਣ ਦੀ ਤਿਆਰੀ ਵਿੱਢ ਰਹੇ ਨੇ, ਕਿਉਂਕਿ ਪਟਵਾਰੀ ਗੁਰਭੇਜ ਸਿੰਘ ਤੇ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਪਟਵਾਰੀ ਤੋਂ ਇੱਕ ਕਿਸਾਨ ਨਹੀਂ ਬਲਕਿ ਪਿੰਡ ਦਾ ਹਰ ਕਿਸਾਨ ਪਰੇਸ਼ਾਨ ਹੈ ਤੇ ਇਸਨੇ ਕਈਆਂ ਤੋਂ ਰਿਸ਼ਵਤ ਲੈ ਰੱਖੀ ਹੈ, ਪਰ ਤਾਂ ਵੀ ਕਿਸਾਨਾਂ ਦੇ ਕੰਮਾਂ ਨੂੰ ਬੂਰ ਨਹੀਂ ਪਾਇਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਹੋਈਆਂ ਫਸਲਾਂ ਦੇ ਮੁਆਵਜ਼ਿਆਂ ਤੇ ਇੰਤਕਾਲ ਕਰਨ ਦੇ ਪਟਵਾਰੀ ਨੇ ਪੈਸੇ ਲਏ ਨੇ, ਪਰ ਪੈਸੇ ਲੈਣ ਦੇ ਬਾਵਜੂਦ ਵੀ ਕੰਮ ਨਹੀਂ ਕੀਤਾ। ਇਸ ਮੌਕੇ ਪੀੜਤ ਕਿਸਾਨ ਸੁਰਿੰਦਰ ਸਿੰਘ ਦਾ ਕਹਿਣਾ ਕਿ ਪਟਵਾਰੀ ਨੇ ਇੰਤਕਾਲ ਕਰਾਉਣ ਲਈ ਉਹਨਾਂ ਤੋਂ 5000 ਰੁਪਏ ਐਡਵਾਂਸ ਲਏ ਅਤੇ ਹੁਣ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਅਤੇ ਫਸਲ ਦੇ ਖਰਾਬੇ ਦਾ ਮੁਆਵਜ਼ਾ ਜੋ ਸਰਕਾਰ ਵੱਲੋਂ ਆਇਆ ਉਹ ਮੁਆਵਜ਼ਾ ਦੇਣ ਦੀ ਥਾਂ 10000 ਰੁਪਏ ਦੀ ਮੰਗ ਕਰ ਰਿਹਾ। ਉਹਨਾਂ ਨੇ ਕਿਹਾ ਕਿ ਮੈਂ ਪਟਵਾਰੀ ਨੂੰ ਕਿਹਾ ਕਿ ਮੇਰੇ ਕੋਲ ਹੋਰ ਪੈਸੇ ਨਹੀਂ, ਤਾਂ ਕਹਿੰਦਾ ਹੈ ਕਿ ਮੈਨੂੰ ਹੋਰ ਪੈਸੇ ਨਹੀਂ ਦੇਣੇ ਤਾਂ ਤੇਰੀ ਜ਼ਮੀਨ ਦਾ ਇੰਤਕਾਲ ਮਨਜ਼ੂਰ ਨਹੀਂ ਹੋਣਾ ਤੇ ਨਾ ਹੀ ਤੈਨੂੰ ਤੇਰੇ ਫਸਲ ਦੇ ਖਰਾਬੇ ਦਾ ਮੁਆਵਜ਼ਾ ਜੋ ਸਰਕਾਰ ਵੱਲੋਂ ਆਇਆ ਉਹ ਮਿਲਣਾ ਤੇ ਜੇ ਮੁਆਵਜ਼ਾ ਲੈਣਾ ਤਾਂ ਉਸਨੂੰ ਹੋਰ ਪੈਸੇ ਦੇ। ਕਿਸਾਨ ਸੁਰਿੰਦਰ ਸਿੰਘ ਦਾ ਕਹਿਣਾ ਕਿ ਇਸ ਪਟਵਾਰੀ ਦਾ ਰਵੱਈਆ ਬਹੁਤ ਹੀ ਗਲਤ ਹੈ ਤੇ ਭੱਦੀ ਸ਼ਬਦਾਵਲੀ ਵੀ ਇਸ ਵੱਲੋਂ ਵਰਤੀ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਨੇ ਪਟਵਾਰੀ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਹੈ। ਪਿਛਲੇ ਲੰਬੇ ਸਮੇਂ ਤੋਂ ਸੁਲਤਾਨਪੁਰ ਲੋਧੀ ਤਹਿਸੀਲ ਦੇ ਵਿੱਚ ਰਿਸ਼ਵਤ ਦਾ ਲਗਾਤਾਰ ਬੋਲਬਾਲਾ ਚੱਲ ਰਿਹਾ। ਇਸ ਦੇ ਚੱਲਦਿਆਂ ਹਲਕਾ ਸੁਲਤਾਨਪੁਰ ਲੋਧੀ ਦੀ ਤਹਿਸੀਲ ਕੰਪਲੈਕਸ 'ਚ ਤਾਇਨਾਤ ਮਾਲ ਪਟਵਾਰੀ ਗੁਰਭੇਜ ਸਿੰਘ ਤੋਂ ਕਿਸਾਨ ਹੁਣ ਤੰਗ ਨੇ, ਜਿਸ ਦੇ ਖਿਲਾਫ਼ ਕਾਰਵਾਈ ਦੀ ਕਿਸਾਨ ਮੰਗ ਕਰ ਰਹੇ ਨੇ। ਮੈਂ ਰਿਸ਼ਪਾਲ ਸਿੰਘ ਸੰਧੂ ਜੀ ਆਹਲੀ ਕਲਾਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਕੱਤਰ। ਅੱਜ ਜਿਹੜਾ ਪਟਵਾਰੀ ਗੁਰਭੇਜ ਸਿੰਘ ਪਟਵਾਰੀ ਆ ਜੀ ਕੋਈ, ਉਹ ਜਿਹੜਾ ਵਾ ਸਾਡੇ ਕਿਸਾਨਾਂ ਦੇ ਨਾਲ ਜਿਹੜਾ ਵਾ ਉਹਨਾਂ ਤੋਂ ਰਿਸ਼ਵਤ ਦੀ ਜਿਹੜੀ ਮੰਗ ਕਰ ਰਿਹਾ ਸੀ ਇੰਤਕਾਲ ਦੇ ਬਦਲੇ, ਉਹਨਾਂ ਵੱਲੋਂ ਕਿ ਪਹਿਲਾਂ ਮੰਗ ਕਰਦੇ ਵੀ ਪੈਸੇ ਦਿੱਤੇ ਗਏ ਸੀ, ਉਹਦੀਆਂ ਸ਼ਿਕਾਇਤਾਂ ਜਿਹੜੀਆਂ ਅਸੀਂ ਲਿਖਤੀ ਅੱਜ ਤਹਿਸੀਲਦਾਰ ਸਾਹਿਬ ਨੂੰ ਵੀ ਦੇ ਦਿੱਤੀਆਂ ਵਾ, ਉਹ ਹੋਰ ਵੀ ਜਿਹੜੇ ਕਿਸਾਨ ਆ ਬਾਊਪੁਰ ਦੇ ਕਿਸਾਨ ਪਿੰਡ ਗੁੱਦੇ ਦੇ ਕਿਸਾਨ ਆ, ਉਹਨਾਂ ਵੱਲੋਂ ਜਿਹੜਾ ਇਹ ਖਰਾਬੇ ਪਾਉਣ ਦੇ ਬਦਲੇ ਉਹ ਪੈਸਿਆਂ ਦੀ ਮੰਗ ਕਰਦਾ ਸੀ ਤੇ ਗਲਤ ਜਿਹੜਾ ਸੀ ਉਹ ਬੋਲਣ ਦੇ ਵਿੱਚ ਬਿਹੇਵ ਕਰਦਾ ਸੀ। ਮਤਲਬ ਜਦੋਂ ਵੀ ਕੋਈ ਜਾਂਦਾ ਸੀ ਕਿ ਇਹਨੂੰ ਕਹਿੰਦਾ ਕਿ ਮੇਰੀ ਵੱਧ ਤੋਂ ਵੱਧ ਬਦਲੀ ਕਰਾ ਦੋਗੇ, ਕੀ ਐਂ ਕਰ ਦੋਗੇ, ਤੇ ਇਹ ਸੰਬੰਧ ਵਿੱਚ ਜਿਹੜਾ ਵਾ ਅਸੀਂ ਅੱਜ ਸਾਰੇ ਇਕੱਤਰ ਹੋਏ ਹਾਂ ਕਿਸਾਨ ਕਿ ਇਹਨੂੰ ਜਿਹੜਾ ਸਸਪੈਂਡ ਕੀਤਾ ਜਾਵੇ, ਕਿਉਂਕਿ ਇਹ ਲੋਕਾਂ ਦੇ ਤਾਂ ਪਹਿਲਾਂ ਜਿਹੜੀਆਂ ਫਸਲਾਂ ਵਾ ਬਹੁਤ ਖਰਾਬ ਹੋਈਆਂ ਵਾ, ਜ਼ਮੀਨਾਂ ਖਰਾਬ ਹੋ ਚੁੱਕੀਆਂ ਵਾ, ਪਰ ਇਹ ਖਰਾਬੇ ਪਾਉਣ ਦੇ ਬਦਲੇ ਵਿੱਚ ਜਿਹੜਾ ਵਾ ਉਹਨਾਂ ਤੋਂ ਪੈਸਿਆਂ ਦੀ ਮੰਗ ਕਰਦਾ, ਜੋ ਕਿ ਕੁਛ ਦੇ ਹਫ਼ਤਾ ਇੱਕ ਪਹਿਲਾਂ ਅਸੀਂ ਜਿਹੜਾ ਸੀ ਤਹਿਸੀਲਦਾਰ ਆਪਣੇ SDM ਸਾਹਿਬ ਉਹਨਾਂ ਨੂੰ ਮਿਲੇ ਵੀ ਸੀ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਜਿਹੜੇ ਸਾਰੇ ਆ ਪੈਸੇ ਜਿਹੜੇ ਖਾਤਿਆਂ ਵਿੱਚ ਪਾਏ ਜਾਣਗੇ, ਤੇ ਪਰ ਹਜੇ ਤੱਕ ਜਿਹੜੇ ਪੈਸੇ ਵੀ ਨਹੀਂ ਪਏ ਤੇ ਉਲਟਾ ਜਿਹੜਾ ਪਟਵਾਰੀ ਆ ਉਹ ਪੈਸਿਆਂ ਦੀ ਜਿਹੜੀ ਆ ਉਹ ਮੁਆਵਜ਼ੇ ਦੇ ਬਦਲੇ ਜਿਹੜਾ ਪਾਉਣ ਦੇ ਬਦਲੇ ਖਾਤਿਆਂ ਦੇ ਵਿੱਚ ਜਿਹੜਾ ਪੈਸਿਆਂ ਦੀ ਮੰਗ ਕਰ ਰਿਹਾ। ਅਸੀਂ ਮੰਗ ਕਰਦੇ ਹਾਂ ਕਿ ਇਸ ਨੂੰ ਸਸਪੈਂਡ ਕੀਤਾ ਜਾਵੇ, ਜਿੱਦਾਂ ਕਿ ਜਿਹੜਾ ਕਿਸਾਨਾਂ ਦਾ ਜਿਹੜਾ ਗਲਤ ਬਿਹੇਵ ਕਰਦਾ ਉਹ ਨਾ ਕੀਤਾ ਜਾਵੇ। ਕੋਈ 10-15 ਕਿਸਾਨ ਜਿਹੜੇ ਆ ਸਾਡੇ ਕਨੈਕਟ 'ਚ ਆਏ ਆ ਜਿਨ੍ਹਾਂ ਤੋਂ ਇਹ ਪੈਸੇ ਲੈ ਚੁੱਕਾ ਵਾ, ਤੇ 2-2 ਸਾਲ ਹੋ ਗਏ ਇੰਤਕਾਲ ਨਹੀਂ ਕੀਤੇ ਇਹਨੇ, ਤੇ ਕਿਸੇ ਤੋਂ 10,000 ਕੋਈ 5,000 ਉਹ ਸਾਰੇ ਕਿਸਾਨ ਜਿਹੜੇ ਆ ਉਹ ਆਉਣ ਲਈ ਤਿਆਰ ਆ, ਜੇ ਘਰ ਇੱਥੇ ਕੋਈ ਕਾਰਵਾਈ ਨਹੀਂ। ਹਾਂਜੀ, ਕੁਛ ਕਿਸਾਨਾਂ ਵੱਲੋਂ ਐਫੀਡੇਵਿਟ ਵੀ ਜਿਹੜੇ ਅੱਜ ਦਿੱਤੇ ਗਏ ਆ। ਅਸੀਂ ਕਹਿੰਦੇ ਆ ਜੀ ਇਹਨੂੰ ਸਸਪੈਂਡ ਕੀਤਾ ਜਾਵੇ ਬਿਲਕੁਲ, ਕਿਉਂਕਿ ਜੇ ਇੱਦਾਂ ਦੇ ਜਿਹੜੇ ਅਨਸਰ ਆ ਉਹ ਰਹਿਣਗੇ ਤੇ ਸਮਾਜ ਦਾ ਜਿਹੜਾ ਉਹ ਬੁਰਾ ਹਾਲ ਰਹੂਗਾ। ਹਾਂ ਬਿਲਕੁਲ ਜੀ, ਜਦੋਂ ਵੀ ਕੋਈ ਜਾਂਦਾ ਮਿਸਬਿਹੇਵ ਕਰਦਾ ਵਾ, ਕਿਸੇ ਨੂੰ ਕਹਿੰਦਾ ਕਿ ਮੇਰੀ ਬਦਲੀ ਕਰਾ ਦੋਗੇ, ਤੁਸੀਂ ਮੇਰਾ ਕੀ ਕਰ ਲਓਗੇ, ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਦਾ ਵਾ। ਮੈਂ ਸੁਮਿੰਦਰ ਸਿੰਘ ਜੀ, ਪਿੰਡ ਆਹਲੀ ਕਲਾਂ। ਮੇਰਾ ਨਾ ਜ਼ਮੀਨ ਦਾ ਰਕਬਾ ਗੁੱਡੇ ਪਿੰਡ 'ਚ ਪੈਂਦਾ। ਗੁੱਡੇ ਪਿੰਡ ਦੇ ਵਿੱਚ ਗੁਰਭੇਜ ਸਿੰਘ ਪਟਵਾਰੀ ਨਾਲ ਰਕਬਾ ਨਵਾਲ ਵਾ,
ਉਹ ਆਮ ਬਹੁਤ ਜ਼ਿਆਦਾ ਪਹਿਲਾਂ ਵੀ ਸ਼ਿਕਾਇਤਾਂ ਆਉਂਦੀਆਂ ਅਸੀਂ ਵੀ ਉਹਦੇ ਕੋਲ ਏਰੀਆ ਮੰਡ ਬਾਊਪੁਰ ਕਿਸ਼ਨਪੁਰ ਕੜਕਾ ਇੱਧਰ ਵੀ ਹੈ ਆ, ਸਾਰੇ ਬਹੁਤ ਜ਼ਿਆਦਾ ਜ਼ਿੰਮੇਦਾਰ ਜਿਹੜੇ ਹਨ ਉਹ ਚੀਕਦੇ ਸੀ ਵੀ ਇੱਕ ਉਹਦੀ ਬੋਲੀ ਮਾੜੀ ਆ, ਇੱਕ ਪੈਸੇ ਮੰਗਦਾ, ਪੈਸੇ ਦੱਸੋ ਖਰਾਬੇ ਦੇ ਪੈਸੇ ਪਾਉਣ ਦੇ ਪੈਸੇ ਮੰਗਦਾ 600 ਰੁਪਇਆ। ਹਾਂ ਜਿਹੜਾ ਖਰਾਬ ਅਜੇ ਤੱਕ ਖਰਾਬਾਂ ਮਿਲਿਆ ਨਹੀਂ, ਜਦੋਂ ਕਿ ਕਹਿਣ ਡਿਆ ਖਰਾਬਾ ਸਾਰਾ ਖਾਤਿਆਂ 'ਚ ਪੈ ਗਿਆ, ਅਜੇ ਤੱਕ ਖਰਾਬਾ ਬਹੁਤ ਕਿਸਾਨ ਜਿਹੜੇ ਆ ਫਿਰਦੇ ਇਹਨਾਂ ਦੇ ਵਿੱਚ, ਖੁਦ ਮੈਂ ਇਨਵਾਲਵ ਇਸ ਗੱਲ ਦੇ ਵਿੱਚ। ਮੇਰੇ ਤੋਂ 5000 ਰੁਪਇਆ ਲਿਆ ਇੰਤਕਾਲ ਕਰਾਉਣ ਵਾਸਤੇ ਪਹਿਲਾਂ, ਹੁਣ ਉਹ ਇੰਤਕਾਲ ਹੋਏ ਨਹੀਂ ਅਜੇ ਤੋਂ, ਫਿਰ ਦੁਬਾਰਾ ਮੰਗਦਾ ਵਾ। ਤੇ ਮਾਲਵੇ ਵੀ ਮਾਲਵਾ ਜਿਹੜਾ 4 ਕਿੱਲੇ ਇੰਤਕਾਲ ਹੋਇਆ, 4 ਕਿੱਲੇ ਮਾਲਵਾ ਪਾਉਂਦਾ ਨਹੀਂ ਗਾ, ਤੇ ਟਾਲ ਮਟੋਲੇ ਕਰਦਾ ਤੇ ਬਹਾਨੇ ਨਾਲ ਪੈਸੇ ਮੰਗਦਾ, ਪੈਸੇ ਦਿਓਗੇ ਤੇ ਪਾਉਣਾ ਨਹੀਂ ਤੇ ਨਹੀਂ ਪਾਉਣਾ। ਕਿੰਨੇ ਕਿਸਾਨ ਸਾਡੇ ਸਾਹਮਣੇ? 10-15 ਕਿਸਾਨ ਤੇ ਆ ਗਏ ਤੇ ਉਹਨੇ ਤਾਂ ਐਫੀਡੇਵਿਟ ਦੇ ਦਿੱਤੇ ਅੱਜ, 10-15 ਕਿਸਾਨ ਸਾਹਮਣੇ ਆ ਜਿਹੜੇ ਇੱਥੇ ਬੋਲਦੇ ਆ, ਤੇ ਜੇ ਇੱਦਾਂ ਰਿਹਾ ਤਾਂ ਹੋ ਸਕਦਾ ਅਸੀਂ 10-20-50 ਹੋਰ ਕਿਸਾਨ ਸਾਡੇ ਕੋਲ ਆ ਸਕਦੇ, ਜੋ ਕਿ ਲੋਕ ਦਵੇ ਆ। ਲੋਕ ਪਟਵਾਰੀਆਂ ਤੋਂ ਇੰਨੇ ਡਰੇ ਆ ਨਾ, ਉਹਨੇ ਤਾਂ ਮੇਰਾ ਖਿਆਲ ਜ਼ਿਮੀਦਾਰ ਅੱਤਵਾਦੀਆਂ ਤੋਂ ਨਹੀਂ ਡਰਦੇ ਜਿੰਨੇ ਪਟਵਾਰੀਆਂ ਤੋਂ ਡਰਦੇ ਆ। ਮੇਰੇ ਧਿਆਨ ਵਿੱਚ ਅੱਜ ਹੀ ਆਇਆ ਵਾ, ਜਦੋਂ ਆਏ ਆ ਕਿਸਾਨ ਇੱਥੇ ਲੈ ਕੇ ਆਪਣੀ ਐਪਲੀਕੇਸ਼ਨ, 3-4 ਜ਼ਿਮੀਦਾਰ ਸੀ ਉਹਨਾਂ ਦੀ, 2 ਜਣਿਆਂ ਦੀ ਐਪਲੀਕੇਸ਼ਨ ਆਈ ਆ ਸਾਡੇ ਕੋਲ, ਤੇ ਇਹਦੀ ਮੈਂ ਪੜਤਾਲ ਕਰੂੰਗਾ ਹੁਣ। ਸਾਡੇ ਪੜਤਾਲ ਤੋਂ ਬਾਅਦ ਜਿਹੜੀ ਆ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਊਗੀ। ਉਹ ਵੀ ਅਸੀਂ ਉਹਨਾਂ ਨੂੰ ਬੁਲਾ ਕੇ ਬਿਆਨ ਲਵਾਂਗੇ, ਨਾਲੇ ਆਪਣੇ ਜਿਹੜੇ ਪਟਵਾਰੀ ਸਾਹਿਬ ਆ ਇਹਨਾਂ ਨੂੰ, ਪਟਵਾਰੀ ਸਾਹਿਬ ਨੂੰ ਬੁਲਾਵਾਂਗੇ, ਇਹਨਾਂ ਦੇ ਪੁੱਛਾਂਗੇ ਤੁਸੀਂ ਆਪਣਾ ਪੱਖ 'ਚ ਦੱਸੋ ਕੀ ਕਹਿੰਦੇ ਆ, ਜਿਹੜਾ ਤੁਹਾਡੇ ਤੇ ਇਲਜ਼ਾਮ ਲਾਏ ਝੂਠੇ ਆ ਕਿ ਸੱਚੇ ਆ। ਮੌਕੇ ਤੇ ਇਹਨੂੰ ਬੁਲਾਇਆ ਸੀ, ਇਹਨੂੰ ਕਿਹਾ ਵੀ ਤੇਰੇ ਖਿਲਾਫ਼ ਦਰਖਾਸਤ ਆਈ ਆ, ਉਹ ਕਹਿੰਦਾ ਠੀਕ ਆ ਜੀ ਮੈਂ, ਆਪਾਂ ਕਿਹਾ ਜੇ ਤੂੰ ਕੁਛ ਕਹਿਣਾ ਚਾਹੁੰਦਾ ਦੱਸ ਦੇ, ਕਹਿੰਦਾ ਜੀ ਮੈਂ ਲਿਖਤੀ ਜਵਾਬ ਦਊਂਗਾ ਜੋ ਵੀ ਦਊਂਗਾ। ਉਹਨਾਂ ਦਾ ਦੋਸ਼ ਹੈ ਕਿ ਰਿਸ਼ਵਤ ਦਾ ਬੋਲ ਬਾਲਾ ਪੂਰੇ ਪਰਿਵਾਰ, ਉਹ ਬਾਕੀ ਤਾਂ ਕਿਸੇ ਪਟਵਾਰੀ ਦਾ ਉਹਨਾਂ ਨੇ ਨਹੀਂ ਕਿਹਾ, ਸਾਡੇ ਕੋਲ ਜਿਹੜੇ ਆਏ ਕਿਸਾਨ ਇਹਦੇ ਗੁਰਭੇਜ ਸਿੰਘ ਪਟਵਾਰੀ ਦਾ ਹੀ ਉਹਨਾਂ ਨੇ ਕਿਹਾ ਸੀ, ਅਸੀਂ ਇਹਨੂੰ ਸੱਦ ਲਿਆ ਉਸੇ ਵੇਲੇ। ਜੇ ਉਹ ਕਹਿੰਦੇ ਵੀ ਹੋਰ ਹੈਗਾ ਤਾਂ ਮੈਂ ਮੇਨ ਸਾਰੇ ਸੱਦ ਕੇ ਮੀਟਿੰਗ ਕਰ ਲੈਣੀ ਸੀ ਵੀ ਹਾਂ ਵੀ ਤੁਹਾਡੇ ਆ ਖਿਲਾਫ਼ ਸ਼ਿਕਾਇਤ ਆ ਰਹੀ ਹੈ, ਤੇ ਜਿਹੜੀ ਆਪਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਇਹਦੇ ਵਿੱਚ, ਜਿਹੜਾ ਤੁਹਾਡੀ ਕੰਪਲੇਂਟ ਆ ਰਹੀ ਹੈ ਉਹਨੂੰ, ਦੋਸ਼ ਨੂੰ ਆਪਣੇ ਨੂੰ ਸਾਬਤ, ਜਿਹੜਾ ਤੁਹਾਡਾ ਦੋਸ਼ ਹੈਗਾ ਉਹਦੇ ਤੁਹਾਡੇ ਖਿਲਾਫ਼ ਜਿਹੜੇ ਇਲਜ਼ਾਮ ਲਾਏ ਆ ਉਹਦੇ ਬਾਰੇ ਦੱਸੋ। ਉਹ ਜਿਹੜੇ ਪਟਵਾਰੀ ਦੇ ਖਿਲਾਫ਼ ਲਾਏ ਸੀ ਉਹਨੂੰ ਆਪਾਂ ਸੱਦ ਲਿਆ ਵਾ। ਜੋ ਆਪਣਾ ਸਰਕਾਰ ਦੀਆਂ ਸਿਵਲ ਸੇਵਾਵਾਂ ਦੀਆਂ ਜਿਹੜੀਆਂ ਸਜਾਵਾਂ ਵਾ ਜਾਂ ਦੂਸਰਾ ਉਹਦੇ ਮੁਤਾਬਕ ਲਿਖ ਕੇ ਭੇਜਾਂਗੇ, ਉਹ 'ਚ ਅਧਿਕਾਰੀਆਂ ਦੇ ਅਧਿਕਾਰ ਖੇਤਰ 'ਚ ਜੋ ਵੀ ਹੋਊਗਾ ਉਹਦੇ ਹਿਸਾਬ ਨਾਲ ਇਹਨੂੰ ਸਜ਼ਾ।